ਦੱਸਦੇ ਕਿ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਮੌਕੇ ਲੋਕਾਂ ਦੇ ਨਾਲ ਨਾ ਮਿਲਣ ਦੇਣਾ ਇੱਕ ਗੈਰ ਮਨੁੱਖੀ ਕਾਰਵਾਈ ਹੈ। ਜੀ ਹਾਂ, ਇਹ ਬਿਆਨ ਹੈ ਜੋ ਕਿ ਚੰਦੂ ਮਾਜਰਾ ਦੇ ਵੱਲੋਂ ਦਿੱਤਾ ਗਿਆ ਹੈ। ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਮੌਕੇ ਲੋਕਾਂ ਦੇ ਨਾਲ ਨਾ ਮਿਲਣ ਦੇਣਾ ਇੱਕ ਗੈਰ ਮਨੁੱਖੀ ਰਵੱਈਆ ਹੈ। ਜੀ ਹਾਂ, ਇਹ ਕਹਿਣਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦਾ। ਇਹ ਕਾਰਵਾਈ ਵਿਤਕਰਾ ਪੈਦਾ ਕਰਦੀ ਹੈ। ਹਿੰਦੁਸਤਾਨ ਦੇ ਲੋਕ ਰਾਜੀ ਇਤਿਹਾਸ 'ਚ ਦੂਸਰੀ ਵਾਰ ਮਨੁੱਖੀ ਅਧਿਕਾਰਾਂ ਦਾ ਕਾਨ ਹੋਇਆ। ਇੱਕ ਵੱਡਾ ਬਿਆਨ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਾਰੀ ਕੀਤਾ। ਉਹਨਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ 'ਤੇ ਜੋ NSA ਲੱਗੀ ਹੈ ਉਹ ਖਤਮ ਹੋਣੀ ਚਾਹੀਦੀ ਹੈ। ਇਸ ਦੀ ਕੋਈ ਸਜ਼ਾ ਨਹੀਂ ਹੈ। ਸੰਸਦ ਭਵਨ ਦੇ ਵਿੱਚ ਭਾਰੀ ਸੁਰੱਖਿਆ ਦੀਆਂ ਸੰਸਦ ਭਵਨ ਦੇ ਵਿੱਚ ਬਾਹਰੀ ਸੁਰੱਖਿਆ ਦਸਤੇ ਦੀਆਂ ਗੱਡੀਆਂ ਨੂੰ ਅੰਦਰ ਲੈ ਕੇ ਜਾਣਾ ਵੀ ਇੱਕ ਵੱਡੀ ਉਲੰਘਣਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਅੰਮ੍ਰਿਤਪਾਲ ਦੀ NSA ਵਾਪਸ ਲੈਣ ਸੰਬੰਧੀ ਕੋਈ ਫੈਸਲਾ ਨਹੀਂ ਕਰਦੀ ਜਾਂ ਫੈਸਲਾ ਨਹੀਂ ਲੈਂਦੀ ਤਾਂ ਭਵਿੱਖ ਦੇ ਵਿੱਚ ਸਾਨੂੰ ਵੱਡਾ ਸੰਘਰਸ਼ ਉਲੀਕਣਾ ਪਵੇਗਾ। ਇੱਕ ਵੱਡਾ ਬਿਆਨ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਾਰੀ ਕੀਤਾ। ਆਓ ਸੁਣਦੇ ਹਾਂ ਆਖਿਰਕਾਰ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕੀ ਕਿਹਾ। ਪਹਿਲਾਂ ਧੰਨਵਾਦ ਤੁਹਾਡਾ। ਅੱਜ ਭਾਰਤ ਦੇ ਲੋਕ ਰਾਜ ਦੇ ਇਤਿਹਾਸ ਦਾ ਕਾਲਾ ਦਿਨ ਕਹਿ ਸਕਦੇ ਹਾਂ। ਐਮਰਜੈਂਸੀ ਤੋਂ ਬਾਅਦ ਮੇਰਾ ਖਿਆਲ ਹੈ ਦੂਜੀ ਵਾਰ ਜੇ ਕਿਸੇ ਦੇ ਮਾਨਵੀ ਹੱਕਾਂ ਨੂੰ ਕੁਚਲਿਆ ਗਿਆ ਜਾਂ ਕਹਿ ਸਕਦੇ ਹਾਂ ਕਿ ਲੋਕ ਰਾਜ ਦਾ ਨੰਗੇ ਚਿੱਟੇ ਰੂਪ ਦੇ ਵਿੱਚ ਕਤਲ ਹੋਇਆ ਤਾਂ ਅੱਜ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਜਦੋਂ ਸਹੁੰ ਚੁੱਕ ਸਮਾਗਮ ਦੇ ਵਿੱਚ ਲੈ ਕੇ ਆਏ ਤੇ ਕਿਸੇ ਵੀ ਸਪੋਰਟਰ ਨੂੰ ਵੋਟਰ ਨੂੰ ਮਿਲਣ ਤੱਕ ਮਤਲਬ ਸਤਿ ਸ਼੍ਰੀ ਅਕਾਲ ਬੁਲਾਉਣ ਤੱਕ ਦਾ ਵੀ ਮੌਕਾ ਨਾ ਦਿੱਤਾ। ਸੋ ਇਹ ਸਰਾਸਰ ਗੈਰ ਲੋਕਰਾਜੀ ਅਤੇ ਗੈਰ ਮਨੁੱਖੀ ਕਾਰਵਾਈ ਆ। 4 ਦਿਨਾਂ ਦੀ ਪਰੋਲ 'ਤੇ ਆਏ ਬੰਦੇ ਨੂੰ ਮਤਲਬ 2 ਘੰਟੇ ਦੇ ਵਿੱਚ ਹੀ ਵਾਪਸ ਲੈ ਜਾਣਾ, ਇਹ ਹੋਰ ਵੀ ਧੱਕਾ। ਔਰ ਮੈਂ ਕਹਿ ਸਕਦਾ ਕਿ ਇਹਦੇ ਲਈ ਪੰਜਾਬ ਦੀ ਸਰਕਾਰ ਖਾਸ ਤੌਰ 'ਤੇ ਜ਼ਿੰਮੇਵਾਰ ਆ। ਪੰਜਾਬ ਦੀ ਸਰਕਾਰ ਇੱਕ ਪਾਸੇ ਤਾਂ ਆਪਣੇ ਲੋਕਰਾਜੀ ਹੱਕ ਕੂ ਕੇ ਮੰਗ ਰਹੀ ਆ, ਜਦੋਂ ਵੀ ਕਿਤੇ ਕੇਂਦਰ ਵੱਲੋਂ ਕੋਈ ਧੱਕਾ ਹੁੰਦਾ ਤਾਂ ਇਨਸਾਫ਼ ਦੀ ਗੱਲ ਕਰ ਰਹੀ ਆ ਅਤੇ ਗੈਰ ਲੋਕ ਰਾਜੀ ਕਾਰਵਾਈਆਂ 'ਤੇ ਆਪ ਉਤਰ ਕੇ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮਤਲਬ ਜੇ ਆਪਣੇ ਵਰਕਰਾਂ ਨੂੰ ਆਪਣੇ ਵੋਟਰਾਂ ਨੂੰ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾ ਸਕਦਾ, ਇਹ ਤੋਂ ਵੱਡੀ ਗੈਰ ਲੋਕ ਰਾਜੀ ਗੈਰ ਮਨੁੱਖੀ ਕਾਰਵਾਈ ਕੀ ਹੋ ਸਕਦੀ ਆ। ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਵੈਸੇ ਤਾਂ NSA ਰਿਵੋਕ ਹੋਣਾ ਚਾਹੀਦਾ ਕਿਉਂਕਿ ਜਿਹੜੇ ਸੋ ਕਾਲਡ ਦੋਸ਼ ਲਾ ਕੇ NSA ਵਿੱਚ ਉਹਨਾਂ ਨੂੰ ਅੰਦਰ ਕੀਤਾ ਤਾਂ ਉਸੇ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕ ਕੇ ਉਸੇ ਭਾਰਤ ਦੇ ਸੰਵਿਧਾਨਕ ਸਿਸਟਮ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜਨ ਦਾ ਲੜੀ ਆ ਅਤੇ ਉਹਦੀ ਕਦਰ ਕਰਨੀ ਚਾਹੀਦੀ ਸੀ। ਮੈਂ ਸਮਝਦਾ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਹੈ ਉਹ ਬੇਗਾਨੇਪਨ ਦੀ ਭਾਵਨਾ ਪੈਦਾ ਕਰਦਾ ਔਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੀ ਇਸ ਗੈਰ ਲੋਕੀ ਰਾਜ ਕਾਰਵਾਈ ਗੈਰ ਮਨੁੱਖੀ ਕਾਰਵਾਈ ਦਾ ਗ੍ਰਹਿ ਮੰਤਰਾਲੇ ਨੂੰ ਤੁਰਤ ਨੋਟਿਸ ਲੈਣਾ ਬਣਦਾ ਸੀ ਮਤਲਬ, ਪਰ ਕੇਂਦਰ ਨੇ ਵੀ ਅੱਖਾਂ ਵਿੱਚ ਰੱਖੀਆਂ ਪੰਜਾਬ ਸਰਕਾਰ ਨੂੰ ਖੁੱਲ੍ਹੀ ਖੇਡ ਖੇਡਣ ਦਾ ਮੌਕਾ ਦੇ ਕੇ। ਜੋ ਮੈਂ ਸਮਝਦਾ ਅੱਜ ਕੇਵਲ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੀ ਨਹੀਂ ਹੋਇਆ, ਕੇਵਲ ਉਹਨਾਂ ਦੇ ਮਾਨਵੀ ਹੱਕ ਹੀ ਨਹੀਂ ਕੁਚਲੇ ਗਏ ਬਲਕਿ ਉਹਨਾਂ ਲੱਖਾਂ ਲੋਕਾਂ ਦੇ ਵੀ ਮਾਨਵੀ ਹੱਕ ਕੁਚਲੇ ਗਏ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ। ਅੱਜ ਲੋਕਾਂ ਦੇ ਫਤਵੇ ਦੇ ਅੱਗੇ ਸਰਕਾਰ ਦੀ ਸੂਬਾ ਸਰਕਾਰ ਦੀ ਜਿਹੜੀ ਇਹ ਕਾਰਵਾਈ ਆ ਉਹ ਇੱਕ ਚੁਣੌਤੀ ਆ, ਇੱਕ ਚੈਲੰਜ ਆ, ਇੱਕ ਵੰਗਾਰ ਆ। ਔਰ ਮੈਂ ਸਮਝਦਾ ਜੇ ਇਸ ਸਿਸਟਮ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਵੀ ਕੋਈ ਸਰਕਾਰ ਪ੍ਰਵਾਨ ਨਹੀਂ ਕਰਦੀ, ਇਹ ਤੋਂ ਵੱਡਾ ਗੈਰ ਲੋਕਰਾਜੀ ਕਾਰਵਾਈ ਕੋਈ ਹੋ ਨਹੀਂ ਸਕਦੀ।
ਇਸੇ ਕਰਕੇ ਮੈਂ ਕਿਹਾ ਵੀ ਅੱਜ ਹਿੰਦੁਸਤਾਨ ਦੇ ਲੋਕ ਰਾਜੀ ਇਤਿਹਾਸ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਦੂਜੀ ਵਾਰ ਨੰਗੇ ਚਿੱਟੇ ਰੂਪ ਦੇ ਵਿੱਚ ਲੋਕ ਰਾਜ ਦਾ ਕਤਲ ਹੋਇਆ ਔਰ ਮਨੁੱਖੀ ਹੱਕਾਂ ਦਾ ਘਾਣ ਹੋਇਆ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਸੰਜੀਦਗੀ ਦਿਖਾਵੇ, ਗੰਭੀਰਤਾ ਦਿਖਾਵੇ, ਲੋਕਾਂ ਦੇ ਫਤਵੇ ਦਾ ਸਤਿਕਾਰ ਕਰੇ, ਲੋਕਾਂ ਦੇ ਫਤਵੇ ਦਾ ਸਤਿਕਾਰ ਕਰਕੇ ਮਤਲਬ ਉਹਨਾਂ ਅੰਮ੍ਰਿਤਪਾਲ ਸਿੰਘ ਹੋਣਾ ਅਤੇ ਉਹਨਾਂ ਦੇ ਸਾਥੀਆਂ ਦਾ NSA ਰਿਵੋਕ ਕਰੇ ਤਾਂ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਉਹ ਰਿਪ੍ਰਜੈਂਟ ਕਰ ਸਕਣ, ਭਾਰਤ ਦੀ ਪਾਰਲੀਮੈਂਟ ਵਿੱਚ ਚੁਣ ਕੇ ਭੇਜਿਆ ਉਹਨਾਂ ਦੀ ਨੁਮਾਇੰਦਗੀ ਕਰ ਸਕਣ। ਲੋਕਾਂ ਦੇ ਹੱਕ ਖੋਹਣਾ ਮਤਲਬ ਸਰਾਸਰ ਗਲਤ ਆ, ਜਾਤੀ ਆ। ਅੱਜ ਇਸ ਤਰੀਕੇ ਨਾਲ ਉਹਨਾਂ ਨੂੰ ਬਖਤਰਬੰਦ ਗੱਡੀਆਂ ਦੇ ਵਿੱਚ ਲਿਆਂਦਾ ਗਿਆ ਜਿਵੇਂ ਬਹੁਤ ਵੱਡਾ ਖੂਨਖਾਰ ਦਰਿੰਦਾ ਬੰਦਾ ਹੁੰਦਾ। ਇਸ ਤਰ੍ਹਾਂ ਪੇਸ਼ ਕੀਤਾ ਗਿਆ ਵੀ ਜਿਵੇਂ ਕੋਈ ਮਤਲਬ ਇੱਕ ਕਿਸਮ ਦਾ ਕ੍ਰਿਮੀਨਲ, ਹਾਰਡ ਕ੍ਰਿਮੀਨਲ। NSA ਇੱਕ ਡਿਟੈਂਸ਼ਨ ਆ, NSA ਕੋਈ ਸਜ਼ਾ ਨਹੀਂ ਹੈ, ਪ੍ਰਿਵੈਂਟਿਵ ਐਕਸ਼ਨ ਆ। ਅਤੇ NSA ਦੇ ਤਹਿਤ ਇਸ ਤਰ੍ਹਾਂ ਮਤਲਬ ਜਿਹੜਾ ਪਾਰਲੀਮੈਂਟ ਦਾ ਸਿਸਟਮ ਆ ਉਹ ਵੀ ਤੋੜਿਆ। ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਕਿਉਰਿਟੀ ਦੀਆਂ ਗੱਡੀਆਂ ਅਤੇ ਬਾਹਰਲੀ ਸਿਕਿਉਰਿਟੀ ਮਤਲਬ ਇੱਕਦਮ ਅੰਦਰ ਲੈ ਕੇ ਜਾਣਾ ਉਹ ਵੀ ਸਰਾਸਰ ਗਲਤ ਆ, ਜਦੋਂ ਕਿ ਪਾਰਲੀਮੈਂਟ ਦੇ ਵਿੱਚ ਆਪਣੀ ਸਿਕਿਉਰਿਟੀ ਹੁੰਦੀ ਆ, ਪਾਰਲੀਮੈਂਟ ਦਾ ਆਪਣਾ ਸਿਸਟਮ ਹੁੰਦਾ, ਪਾਰਲੀਮੈਂਟ ਦੇ ਵਿੱਚ ਆਪਣੀਆਂ ਗੱਡੀਆਂ ਹੁੰਦੀਆਂ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਿਜਾਣ ਲਈ ਜਾਂ ਉਹਨਾਂ 'ਤੇ ਸਪੀਕਰ ਲੱਗੇ ਹੁੰਦੇ ਆ। ਅਤੇ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੀਆਂ ਗੱਡੀਆਂ ਸਿਕਿਉਰਿਟੀ ਦੇ ਰੂਪ ਦੇ ਵਿੱਚ ਅੰਦਰ ਵਾੜੀਆਂ, ਉਹ ਵੀ ਮਤਲਬ ਇੱਕ ਕਿਸਮ ਦੀ ਪਾਰਲੀਮੈਂਟ ਸਿਸਟਮ ਦੀ ਵੀ ਇੱਕ ਤਬਾਹੀ ਆ ਇੱਕ ਕਿਸਮ ਦੀ ਜਿਹੜੀ ਅੱਜ ਹੋਈ ਆ। ਸੋ ਇਸ ਕਰਕੇ ਮੈਂ ਕਹਿੰਦਾ ਵੀ ਇਹ ਬੜਾ ਇੱਕ ਗੈਰ ਲੋਕ ਰਾਜੀ, ਗੈਰ ਮਨੁੱਖੀ ਘਰ ਆ। ਸੋ ਅੱਜ ਵੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ NSA ਰਿਵੋਕ ਕੀਤਾ ਜਾਵੇ ਔਰ ਸ਼੍ਰੋਮਣੀ ਅਸੀਂ ਜਿਹੜਾ ਹੈ ਜਿਹੜਾ ਇਸ ਗੱਲ 'ਤੇ ਅਸੀਂ ਮੰਗ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਲਈ, NSA ਰਿਵੋਕ ਕਰਨ ਲਈ ਜੇ ਸਰਕਾਰ ਨੇ ਮਤਲਬ ਤੁਰਤ ਲੋਕਾਂ ਦੇ ਫਤਵੇ ਵੱਲ ਧਿਆਨ ਨਾ ਦਿੱਤਾ ਅਤੇ ਅੱਗੇ ਲਈ ਆਉਣ ਵਾਲੇ ਸਮੇਂ ਲਈ ਕੋਈ ਜਨਤਕ ਸੰਘਰਸ਼ ਵਿੱਢਣਾ ਪੈ ਸਕਦਾ। ਦੂਜਾ ਮੈਂ ਕਹਿਣਾ ਚਾਹੁੰਦਾ ਅੱਜ ਕਿ ਬੀਬੀ ਸੁਰਜੀਤ ਕੌਰ ਜੋ ਇੱਥੇ ਪੱਛਮੀ ਜਲੰਧਰ ਹਲਕੇ ਤੋਂ ਚੋਣ ਲੜ ਰਹੇ ਨੇ ਉਹਨਾਂ ਦੀ ਮਦਦ ਦੇ ਲਈ ਸਮੂਹ ਪੰਥ ਦਰਦੀਆਂ ਨੂੰ, ਪੰਥ ਹਤੈਸ਼ੀਆਂ ਨੂੰ, ਜਿਹੜੇ ਤੱਕੜੀ ਨੂੰ ਪਿਆਰ ਕਰਦੇ ਨੇ, ਜਿਹੜੇ ਤੱਕੜੀ ਦੀ ਸ਼ਾਨ ਅਤੇ ਤੱਕੜੀ ਦੀ ਜਿੱਤ ਦੀ ਆਸ 'ਤੇ ਵਿਸ਼ਵਾਸ ਕਰਦੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਆ ਕਿ ਉਹ ਬੀਬੀ ਸੁਰਜੀਤ ਕੌਰ ਹੋਰਾਂ ਦੀ ਮਦਦ 'ਤੇ ਆਉਣ, ਕਿਉਂਕਿ ਬੀਬੀ ਸੁਰਜੀਤ ਕੌਰ ਹੱਕ ਸੱਚ ਦੀ ਲੜਾਈ ਲੜ ਰਹੇ ਨੇ। ਬੀਬੀ ਸੁਰਜੀਤ ਕੌਰ ਨੂੰ ਪੰਜਾਬ ਦੀ ਸਰਕਾਰ ਨੇ ਜਿਸ ਤਰ੍ਹਾਂ ਸਰਕਾਰੀ ਸ਼ਕਤੀ ਰਾਹੀਂ ਮਤਲਬ ਉਹਨਾਂ ਨੂੰ ਦਬਾਉਣ ਦਾ ਯਤਨ ਕੀਤਾ ਔਰ ਸਰਕਾਰ ਦੀ ਸਰਕਾਰੀ ਸ਼ਕਤੀ ਦੀ, ਸਰਕਾਰੀ ਲਾਲਚਾਂ ਦੀ, ਸਰਕਾਰੀ ਦਬਾਅ ਦੀ ਜਿਵੇਂ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਉਸ ਬੀਬੀ ਦੀ ਨੂੰ ਸ਼ਾਬਾਸ਼ ਦੇਣੀ ਚਾਹੀਦੀ ਆ, ਉਸ ਬੀਬੀ ਦੀ ਸਪੋਰਟ 'ਤੇ ਖੜ੍ਹਨਾ ਚਾਹੀਦਾ। ਜਿਹੜੇ ਲੋਕ ਮਨੁੱਖੀ ਹੱਕਾਂ ਦੀ ਔਰ ਮਨੁੱਖਤਾ ਦੀ ਸੇਵਾ ਦੀ ਕਦਰ ਕਰਦੇ ਨੇ ਉਹਨਾਂ ਨੂੰ ਮੈਂ ਸਮਝਦਾ ਅੱਜ ਲੋੜ ਆ ਬੀਬੀ ਸੁਰਜੀਤ ਕੌਰ ਦੀ ਸਪੋਰਟ 'ਤੇ ਆਉਣ ਦੀ, ਕਿਉਂਕਿ ਅੱਜ ਜਿਸ ਤਰ੍ਹਾਂ ਜਲੰਧਰ ਨੂੰ ਸਰਕਾਰਾਂ ਨੇ ਆਪਣੀ ਸ਼ਕਤੀ ਰਾਹੀਂ, ਕੇਂਦਰ ਸਰਕਾਰ ਨੇ ਵੀ ਆਪਣੀ ਸ਼ਕਤੀ ਸਾਰੀ ਝੋਕਤੀ ਅਤੇ ਸੂਬਾ ਸਰਕਾਰ ਨੇ ਵੀ ਆਪਣੀ ਸ਼ਕਤੀ ਝੋਕਤੀ ਔਰ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦੀ ਇੱਥੇ ਦੁਰਵਰਤੋਂ ਹੋ ਰਹੀ ਆ ਔਰ ਪੰਜਾਬ ਦਾ ਸਾਰਾ ਕਾਰੋਬਾਰ ਠੱਪ ਹੋਇਆ ਪਿਆ, ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ। ਹੁਣ ਮੌਨਸੂਨ ਮੌਸਮ ਹੜ੍ਹਾਂ ਦੀ ਡਰ ਪੈਦਾ ਹੋਇਆ ਵਾ,
ਤੇ ਕਿਸੇ ਤਰ੍ਹਾਂ ਦਾ ਵੀ ਨਦੀਆਂ ਨਾਲਿਆਂ ਦਾ ਸੀਵਰੇਜ ਦਾ ਕੋਈ ਉਚਿਤ ਪ੍ਰਬੰਧ ਨਾ ਹੋਣ ਕਰਕੇ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਭਰਿਆ ਖੜਾ ਤੇ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਹੋਈ ਪਈ ਆ ਤੇ ਜਿਵੇਂ ਕਹਿੰਦੇ ਰੋਮ ਸੜ ਰਿਹਾ ਨੀਰੋ ਬਰਸਰੀ ਵਜਾ ਰਿਹਾ। ਮੁੱਖ ਮੰਤਰੀ ਸਾਹਿਬ ਆਪਣਾ ਜਿਹੜਾ ਦਫ਼ਤਰ ਆ ਕੇਂਦਰੀ ਦਫ਼ਤਰ ਛੱਡ ਕੇ ਜਲੰਧਰ ਦੇ ਵਿੱਚ ਆ ਕੇ ਬੈਠੇ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸ਼ੀਤਲ ਅਨੁਰਾਗ ਉਹਨਾਂ ਨੇ ਕੱਲ੍ਹ ਚੈਲੇਂਜ ਕੀਤਾ, ਮੈਂ ਸਮਝਦਾ ਉਹਨੇ ਬੜੀ ਵੱਡੀ ਨਮੋਸ਼ੀ ਜਵਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬਣਾਇਆ। ਮੁੱਖ ਮੰਤਰੀ ਸਾਹਿਬ ਆਪ ਹੀ ਗੁਨਾਹਾਂ ਦੇ ਘੇਰੇ ਵਿੱਚ ਘਿਰ ਗਏ, ਆਪ ਹੀ ਉਸ ਚੈਲੇਂਜ ਨੂੰ ਕਬੂਲ ਨਾ ਕਰਕੇ ਉਹਨਾਂ ਵੱਲੋਂ ਲਾਏ ਜਿਹੜੇ ਦੋਸ਼ ਆ ਉਹ ਸੱਚੇ ਸਾਬਤ ਕਰ ਗਏ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ। ਮੈਂ ਸਮਝਦਾ ਪਬਲਿਕ ਤੌਰ 'ਤੇ ਜਿਸ ਤਰ੍ਹਾਂ ਉਹਨਾਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਕੇ ਮਤਲਬ ਚੈਲੇਂਜ ਕੀਤਾ ਅਤੇ ਉਹਦਾ ਉਹ ਕੋਈ ਜਵਾਬ ਨਹੀਂ ਦੇ ਸਕੇ। ਸੋ ਮੈਂ ਸਮਝਦਾ ਕਿ ਆਹ ਜਿਹੜੀ ਚੋਣ ਆ ਰਹੀ ਆ ਜਲੰਧਰ ਪੱਛਮੀ ਦੇ ਲੋਕ ਹੱਕ ਸੱਚ ਅਤੇ ਇਨਸਾਫ਼ ਲਈ ਲੜਨ ਵਾਲੀ ਉਮੀਦਵਾਰ ਜੋ ਤੱਕੜੀ ਚੋਣ ਸ਼ਾਰ 'ਤੇ ਚੋਣ ਲੜ ਰਹੀ ਆ ਬੀਬੀ ਸੁਰਜੀਤ ਕੌਰ ਉਹਨਾਂ ਨੂੰ ਵੋਟਾਂ ਪਾਉਣਗੇ ਔਰ ਅਸੀਂ ਕੱਲ੍ਹ ਨੂੰ ਸਾਰੇ ਵਰਕਰਾਂ ਨੂੰ ਸਾਰੇ ਲੀਡਰ ਸਾਹਿਬਾਨਾਂ ਨੂੰ ਕੱਲ੍ਹ ਨੂੰ 11 ਵਜੇ ਬੁਲਾਇਆ ਵੀ 2-3 ਦਿਨ ਪੂਰੀ ਜ਼ੋਰ ਸ਼ੋਰ ਨਾਲ ਬੀਬੀ ਜੀ ਹੋਰਾਂ ਦੀ ਮੁਹਿੰਮ 'ਤੇ ਅਸੀਂ ਪੂਰੀ ਤਾਣ ਨਾਲ ਲਾਵਾਂਗੇ। ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੁਨੀਆਂ ਭਰ ਦੇ ਲੋਕਾਂ ਨੂੰ ਇਨਸਾਫ਼ ਪਸੰਦ ਲੋਕਾਂ ਨੂੰ ਜੋ ਇੱਕ ਪੀੜਤ ਔਰਤ ਆ ਵਿਧਵਾ ਔਰਤ ਆ ਔਰ ਇੱਕ ਕੁਰਬਾਨੀ ਵਾਲੇ ਸਰਵਰਗੀਏ ਜਥੇਦਾਰ ਪ੍ਰੀਤਮ ਸਿੰਘ ਦੀ ਸੇਵਾ ਵਾਲਾ ਪਰਿਵਾਰ ਆ ਉਸ ਪਰਿਵਾਰ ਦੀ ਮਦਦ 'ਤੇ ਆਉਣ ਅਤੇ ਉਹਨੂੰ ਜਿਤਾਉਣ ਵਿੱਚ ਹਿੱਸਾ ਪਾਉਣ। ਦੇਖੀਏ ਅਗਰ ਕੋਈ ਐਸੀ ਹਿੰਸਾ ਹੋਤੀ ਹੈ ਅਗਰ ਕੋਈ ਐਸਾ ਹਮਲਾ ਹੁਆ ਹੈ ਤੋ ਹਮ ਤੋ ਉਸਕੀ ਨਿੰਦਾ ਕਰਤੇ ਹੈ, ਕਿਆ ਹੁਆ ਹੈ ਮੁਝੇ ਮਾਲੂਮ ਨਹੀਂ ਹੈ, ਮਗਰ ਕਿਸੇ ਕਿਸਮ ਕੀ ਹਿੰਸਕ ਕਾਰਵਾਈ ਜੋ ਹੈ ਵੋ ਹੋਣੀ ਨਹੀਂ ਚਾਹੀਏ ਔਰ ਇਸੀ ਲਈ ਹਮ ਕਹਿਣਾ ਚਾਹਤੇ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਕੋ ਵੋ ਲਾਲਸਨੈਸ ਜੋ ਪ੍ਰਦੇਸ਼ ਮੇ ਹੋਈ ਆ ਉਸਕਾ ਧਿਆਨ ਕਰੇ ਔਰ ਯਹਾਂ ਏਕ ਸੀਟ ਕੇ ਲੀਏ ਕਿਸੀ ਉਮੀਦਵਾਰ ਕੋ ਪ੍ਰੈਸ਼ਰਾਈਜ਼ ਕਰਨੇ ਕੇ ਲੀਏ ਔਰ ਜੋ ਵੋਟਰਸ ਹੈ ਉਨਕੋ ਪ੍ਰੈਸ਼ਰਾਈਜ਼ ਕਰਨੇ ਕੇ ਲੀਏ ਸਾਰੀ ਸਰਕਾਰੀ ਸ਼ਕਤੀ ਕਾ ਇਸਤੇਮਾਲ ਨਾ ਕਰੇ। ਏਕ ਸੀਟ ਸੇ ਨਾ ਤੋ ਸਰਕਾਰ ਗਿਰਨੇ ਵਾਲੀ ਹੈ ਨਾ ਸਰਕਾਰ ਕੋਈ ਰਹਿਣੇ ਵਾਲੀ ਹੈ ਤੋ ਸਾਰਾ ਪ੍ਰਦੇਸ਼ ਸਿੱਕੇ ਪੇ ਟੰਗ ਦਿਆ ਕੋਈ ਅੱਛੀ ਬਾਤ ਨਹੀਂ ਹੈ। ਦੇਖੋ ਸਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਤਾਂ ਅਪੀਲ ਕਰਾਂਗਾ ਕਿ ਤੱਕੜੀ ਦੀ ਬੇਇੱਜ਼ਤੀ ਨਾ ਕਰਾਉਣ, ਤੱਕੜੀ ਦੀ ਬੇਅਦਬੀ ਨਾ ਕਰਨ, ਤੱਕੜੀ ਦੇ ਨਾਲ ਖੜਨ। ਤੱਕੜੀ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਆ। ਤੱਕੜੀ ਦੀ ਇਸ ਤਰ੍ਹਾਂ ਬੇਇੱਜ਼ਤੀ ਜਿਹੜੀ ਆ ਉਹ ਪੰਥ ਦਰਦੀਆਂ ਦੇ ਪੰਥਕ ਸਫਾਂ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਕਰਦੀ ਆ। ਮਤਲਬ ਇਸ ਤਰ੍ਹਾਂ ਦਾ ਵਰਤਾਓ ਨਹੀਂ ਹੋਣਾ ਚਾਹੀਦਾ ਜੋ ਜਲੰਧਰ ਪੱਛਮੀ ਸੀਟ 'ਤੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਕੁਛ ਸਾਥੀਆਂ ਵੱਲੋਂ ਕੀਤਾ ਜਾ ਰਿਹਾ। ਦੇਖੋ ਸਪਸ਼ਟ ਰੂਪ ਵਿੱਚ ਮੈਂ ਪਹਿਲਾਂ ਵੀ ਜੋ ਇਹਨਾਂ ਨੇ ਵੀ ਸਵਾਲ ਕੀਤਾ ਸੀ ਸਪਸ਼ਟ ਰੂਪ ਵਿੱਚ ਮੈਂ ਕਹਿਣਾ ਚਾਹੁੰਦਾ ਜਿਹੜੇ ਤੱਕੜੀ ਨੂੰ ਪਿਆਰ ਕਰਦੇ ਨੇ ਜਿਹੜੇ ਪੰਥ ਦਰਦੀ ਨੇ ਪੰਥ ਹਤੈਸ਼ੀ ਨੇ ਉਹ ਲਾਜ਼ਮੀ ਤੌਰ 'ਤੇ ਤੱਕੜੀ ਦੇ ਨਾਲ ਖੜਨਗੇ, ਤੱਕੜੀ ਨੂੰ ਜਿਤਾਉਣ ਵਿੱਚ ਹਿੱਸਾ ਪਾਉਣਗੇ ਔਰ ਮੈਂ ਅਪੀਲ ਵੀ ਕੀਤੀ ਆ ਵੀ ਸਾਰੇ ਆਓ ਮਦਦ ਕਰੀਏ।
ਪਰ ਕਾਰਨ ਕੀ ਰਹੇ ਸੀਗੇ ਕਿ ਤੁਹਾਡੇ ਵੱਲੋਂ ਉਮੀਦਵਾਰ ਆਮ ਆਦਮੀ ਪਾਰਟੀ ਜਾਂਦੇ ਕਿ ਉਹ ਵਾਪਸੀ ਵੀ ਉਹਨਾਂ ਦੀ ਕਰਵਾਈ ਜਾਂਦੀ ਹੈ? ਦੇਖੋ ਇਹ ਤੁਸੀਂ ਜਲੰਧਰ ਵਾਲੇ ਜ਼ਿਆਦਾ ਜਾਣਦੇ ਹੋ, ਜੱਗ ਜ਼ਾਹਰ ਹੈ ਸਾਰੀ ਗੱਲ। ਮੈਂ ਤੁਹਾਨੂੰ ਦੱਸਦਾ ਵੀ ਜੋ ਕੁਛ ਵਾਪਰਿਆ ਉਹ ਮੰਦਭਾਗਾ ਸੀ, ਜੋ ਕੁਛ ਹੋਇਆ ਬੜਾ ਮੰਦਭਾਗਾ ਸੀ। ਔਰ ਉਹਦੇ ਲਈ ਸੂਬਾ ਸਰਕਾਰ ਜਿਹੜੀ ਜ਼ਿੰਮੇਵਾਰ ਆ, ਸੂਬਾ ਸਰਕਾਰ ਦੇ ਜਿਹੜੇ ਇਹ ਹੱਥ ਕੰਡੇ ਨੇ, ਘਿਨਾਉਣੀਆਂ ਕਾਰਵਾਈਆਂ ਨੇ, ਨੀਵੀਂ ਪੱਧਰ ਦੀਆਂ ਕਾਰਵਾਈਆਂ ਨੇ, ਉਹੀ ਇਹਨੂੰ ਸੂਬਾ ਸਰਕਾਰ ਨੂੰ ਲੈ ਮਰਨਗੀਆਂ। ਜਿਸ ਦਿਨ ਬੀਬੀ ਸੁਰਜੀਤ ਕੌਰ ਨਾਲ ਉਹਨਾਂ ਨੇ ਆਹ ਵਰਤਾਓ ਕੀਤਾ, ਵਿਵਹਾਰ ਕੀਤਾ, ਇਹ ਸਮਝ ਲਓ ਉਸ ਦਿਨ ਆਪ ਪਾਰਟੀ ਨੇ ਆਪਣੀ ਹਾਰ ਦੇ ਬ੍ਰਾਂਡ ਤੇ ਨਾ ਦਸਖਤ ਕਰ ਲਏ। ਮਤਲਬ ਹਾਰ ਆਪਣੀ ਪੱਕੀ ਯਕੀਨੀ ਬਣਾ ਲਈ ਕਿ ਇੱਕ ਵਿਧਵਾ ਹੋਵੇ, ਇੱਕ ਗਰੀਬ ਔਰਤ ਹੋਵੇ ਤੇ ਇੱਕ ਔਰਤ ਹੋਵੇ ਤੇ ਉਹਦੇ ਤੇ ਇਸ ਤਰ੍ਹਾਂ ਦਾ ਵਿਵਹਾਰ ਸਰਕਾਰੀ ਸ਼ਕਤੀ ਰਾਹੀਂ ਕੀਤਾ ਜਾਂਦਾ ਹੋਵੇ ਤਾਂ ਲੋਕ ਉਹਨੂੰ ਪਸੰਦ ਨਹੀਂ ਕਰਦੇ। ਔਰ ਬੀਬੀ ਜੀ ਹੋਰੀ ਵੀ ਜੇ ਸਰਕਾਰ ਦੇ ਸ਼ਿਕੰਜੇ ਤੋਂ ਦਬਾਅ ਤੋਂ ਨਿਕਲ ਕੇ ਆਏ ਨੇ ਤਾਂ ਲੋਕਾਂ ਦੀ ਜਿਹੜੀ ਭਾਵਨਾ ਹੈ, ਜਿਹੜੇ ਵੋਟਰ ਨੇ, ਜੋ ਉਹਨਾਂ ਦੀ ਭਾਵਨਾ ਸੀ, ਉਹਨਾਂ ਦੀ ਇੱਛਾ ਸੀ, ਜਾਂ ਇਹ ਕਹਿ ਲਓ ਉਹਨਾਂ ਦੀ ਜਿਹੜੀ ਸ਼ਕਤੀ ਸੀ, ਉਹਨਾਂ ਨੇ ਹੀ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਸਰਕਾਰੀ ਸ਼ਕਤੀ ਦੀ ਥਾਂ ਤੇ ਲੋਕਾਂ ਦੀ ਸ਼ਕਤੀ ਅੱਗੇ ਝੁਕਣਾ ਠੀਕ ਆ। ਇਹ ਤਾਂ ਤੁਹਾਨੂੰ ਵੀ ਪਤਾ ਹੀ ਆ ਵੀ ਸਰਕਾਰ ਨੇ ਜਿਸ ਤਰ੍ਹਾਂ ਦੇ ਹੱਥ ਕੰਡੇ ਵਰਤੇ ਨੇ, ਜੋ ਸ਼ਕਤੀ ਇਸਤੇਮਾਲ ਹੋਈ ਆ, ਤੇ ਕੌਣ ਆਪਣੇ ਆਪ ਕੌਣ ਜਾਂਦਾ, ਤੇ ਫਿਰ ਵੀ ਤਾਂ ਉਹ ਆਏ ਹੀ ਨੇ ਜਦੋਂ ਲੋਕਾਂ ਦੀ ਸ਼ਕਤੀ ਤੇ ਲੋਕਾਂ ਦਾ। ਦੇਖੋ ਸਰਕਾਰ, ਦੇਖੋ ਜਦੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਜਾਂ ਇੱਕ ਘੇਰਾ ਪਾ ਕੇ ਵਾਤਾਵਰਨ ਬਣਾਇਆ ਜਾਂਦਾ ਤਾਂ ਕੁਦਰਤੀ ਤੌਰ ਤੇ ਕਈ ਵਾਰੀ ਬੰਦੇ ਤੋਂ ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦਾ। ਪਰ ਕੁੱਲ ਮਿਲਾ ਕੇ ਮੈਂ ਉਹਨਾਂ ਨੂੰ ਸ਼ਾਬਾਸ਼ ਦਿੰਦਾ ਵੀ ਜਿਹੜੇ ਸਰਕਾਰੀ ਸ਼ਕਤੀ, ਸਰਕਾਰੀ ਦਬਾਅ ਤੇ ਸਰਕਾਰੀ ਹੱਥ ਕੰਡਿਆਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਭਾਈਚਾਰੇ ਤੇ ਆਪਣੇ ਲੋਕਾਂ ਨਾਲ, ਆਪਣੇ ਵੋਟਰਾਂ ਨਾਲ ਆ ਕੇ ਖੜੇ, ਔਰ ਇਸੇ ਕਰਕੇ ਲੋਕ ਉਹਨਾਂ ਦੀ ਕਦਰ ਕਰਨਗੇ ਔਰ ਲੋਕ ਉਹਨਾਂ ਦੇ ਨਾਲ ਖੜਨਗੇ ਔਰ ਅਸੀਂ ਵੀ ਇਸੇ ਕਰਕੇ ਉਹਨਾਂ ਦੇ ਨਾਲ ਖੜੇ ਹਾਂ। ਸਿਆਸੀ ਪਾਰਟੀਆਂ ਤਾਂ ਕਹਿ ਰਹੀਆਂ ਕਿ ਚੋਣਾਂ ਦੇ ਵਿੱਚ ਤਾਂ ਜਿਹੜਾ ਅਕਾਲੀ ਦਲ ਤਾਂ ਹੈ ਹੀ ਨਹੀਂ ਹੈਗਾ, ਤੁਸੀਂ ਤਿਕੋਣੀਆਂ ਮੁਕਾਬਲਾ ਦੇਖਿਆ ਜਾਂ 10 ਦੀ ਜਿਹੜੀ ਚੋਣ ਆ ਤੇ 13 ਨੂੰ ਨਤੀਜਾ ਨਿਕਲਣਾ, ਦੱਸ ਦਾਂਗੇ ਕਿਹੜਾ ਕਿੱਥੇ ਖੜਾ। ਔਰ ਸਾਨੂੰ ਪਤਾ ਵੀ ਲੋਕ ਜਿਹਦੇ ਨਾਲ ਧੱਕਾ ਹੁੰਦਾ, ਜਿਹਦੇ ਨਾਲ ਬੇਇਨਸਾਫੀ ਹੁੰਦੀ ਆ, ਲੋਕ ਉਹਦੇ ਨਾਲ ਖੜਦੇ ਆ। ਮੈਂ ਦੋ ਦਿਨ ਪਹਿਲਾਂ ਲਾ ਕੇ ਗਿਆ, ਤੁਸੀਂ ਯਕੀਨ ਕਰਿਓ, ਰਾਜਪਾਲ ਜੀ ਬੈਠੇ ਨੇ, ਅਸੀਂ ਮੀਟਿੰਗਾਂ ਕੀਤੀਆਂ, ਲੋਕਾਂ ਦੇ ਵਿੱਚ ਇੱਕ ਹਮਦਰਦੀ ਦੀ ਲਹਿਰ ਆ, ਲੋਕਾਂ ਦੇ ਵਿੱਚ ਹਮਦਰਦੀ ਦੀ ਲਹਿਰ ਤਾਂ ਬੀਬੀ ਜੀ ਲਈ ਪਹਿਲਾਂ ਹੀ ਸੀ। ਪਰ ਜਿਸ ਦਿਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਤੱਕੜੀ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ, ਉਸ ਦਿਨ ਹਮਦਰਦੀ ਉਹਨਾਂ ਨੂੰ ਦੁੱਗਣੀ ਹੋ ਗਈ। ਤੇ ਜਿਸ ਦਿਨ ਸਰਕਾਰ ਨੇ ਉਹਨਾਂ ਨਾਲ ਧੱਕਾ ਕੀਤਾ, ਸਰਕਾਰੀ ਸ਼ਕਤੀ ਦੇ ਨਾਲ ਉਹਨਾਂ ਨੂੰ ਦਬਾਉਣ ਦਾ ਯਤਨ ਕੀਤਾ, ਉਸ ਦਿਨ ਹਮਦਰਦੀ ਚੌਗਣੀ ਹੋ ਗਈ। ਤੇ ਜਿਸ ਦਿਨ ਉਹ ਲੋਕਾਂ ਦੀ ਭਾਵਨਾ ਦੀ ਕਦਰ ਕਰਕੇ ਤੱਕੜੀ ਫੜ ਕੇ ਫੇਰ ਮੈਦਾਨ ਦੇ ਵਿੱਚ ਆਏ ਨੇ, ਉਸ ਦਿਨ ਉਹਨਾਂ ਦੀ ਜਿਹੜੀ ਹਮਦਰਦੀ ਦੀ ਲਹਿਰ ਆ ਉਹ 100 ਗੁਣਾ ਵੱਧ ਗਈ। ਸੋ ਇਸ ਲਈ ਇਹ ਨਤੀਜਾ 13 ਨੂੰ ਜਿਹੜਾ ਨਿਕਲੇਗਾ, ਮੈਂ ਸਮਝਦਾ ਉਹ ਹਮਦਰਦੀ ਦੇ ਹੱਕ ਵਿੱਚ ਨਿਕਲੇਗਾ। ਉਹ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਅਸੀਂ ਦੇ ਆਏ ਸੀ। ਦੇਖੋ ਇਹ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਆਪਣੀ ਖਿਮਾ ਜਾਚਕਾ ਦਾ ਪੱਤਰ ਦੇ, ਅਸੀਂ ਆਪਣੀ ਗਲਤੀਆਂ ਜਿਹੜੀ ਸੀ ਉਹ ਤਾਂ ਸਵੀਕਾਰ ਕਰ ਲਈ, ਉਹ ਤਾਂ ਬਾਕੀ ਉਹਨਾਂ ਤੇ ਡਿਪੈਂਡ ਕਰਦਾ ਅੱਗੇ ਉਹਨਾਂ ਨੇ ਕੀ ਕਰਨਾ। ਚਾਹ ਪੀਓ, ਬਹੁਤ ਧੰਨਵਾਦ ਤੁਹਾਡਾ। ਇਹਦੇ ਵਿੱਚ ਨਾ ਇੱਕ ਗੱਲ ਤੁਹਾਨੂੰ ਐਡ ਕਰਦੇ ਆ, ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਦੇ ਖਿਲਾਫ ਬੀਬੀ ਸੁਰਜੀਤ ਕੌਰ ਦੇ ਬੇਟੇ ਨੇ ਗੱਲ ਆਖੀ ਹੈ, ਉਹਨੇ ਠੀਕ ਆਖੀ ਸੀ ਗੱਲ, ਜੋ ਉਸ ਪਰਿਵਾਰ ਦੀ ਦੇਣ ਸੀ 45 ਸਾਲ ਉਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ,
ਤੇ ਉਹਦੇ ਦਬਾਅ ਕਿਸ ਤਰ੍ਹਾਂ ਪਾ ਕੇ ਉਹਦੇ ਕੋਲ ਪੇਪਰ ਵਾਪਸ ਲੈਣ ਦਾ ਜਿਹੜਾ ਕੰਮ ਕੀਤਾ ਉਹਨੇ ਉਹੀ ਗੱਲ ਕੀਤੀ। ਉਸ ਦਿਨ ਉਹਨੇ ਧੰਨਵਾਦ ਵੀ ਕੀਤਾ ਬੀਬੀ ਜਗੀਰ ਕੌਰ ਜੀ ਦਾ, ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ, ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ, ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਨਾਲ ਖੜਨ ਦਾ ਫੈਸਲਾ ਕੀਤਾ। ਇੱਕ ਤਾਂ ਉਹਨਾਂ ਕੋਲ ਪੇਪਰ ਜ਼ਬਰਦਸਤੀ ਕਾਗਜ਼ ਵਾਪਸ ਲੈਣ ਦੀ ਗੱਲ ਕੀਤੀ ਗਈ, ਫਿਰ ਝੂਠੇ ਸਾਈਨ ਕਰਕੇ ਆਪਣੇ ਮੰਨਣ ਵਾਲੀ ਕੰਪਨੀ ਨੇ ਉੱਥੇ ਪੇਪਰ ਦਾਖਲ ਕਰਾਏ। ਜਿਹੜੀਆਂ ਗੱਲਾਂ ਸਹੀ ਨੇ ਉਹਨੇ ਸਹੀ ਕਹੀਆਂ ਨੇ, ਕਿਉਂਕਿ ਜੇ 45 ਸਾਲ ਤੁਸੀਂ ਆਪਣਾ ਜੀਵਨ ਹੀ ਪੂਰਾ ਪਾਰਟੀ ਨੂੰ ਦੇ ਦਿਓ ਤੇ ਮੁੜ ਕੇ ਪਾਰਟੀ ਤੁਹਾਨੂੰ ਇਹ ਕਵੇ ਜੀ ਇਹ ਗਰੀਬ ਸੀ, ਇਹਨਾਂ ਨੂੰ ਲੜਾਉਣਾ ਨਹੀਂ ਚਾਹੀਦਾ ਸੀ, ਉਹ ਤਰੀਕਾ ਗਲਤ ਸੀ। ਦੇਖੋ ਮੇਰੀ ਬੇਨਤੀ ਸੁਣ ਲਓ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ, ਕਿਤੇ ਨਾ ਕਿਤੇ ਕਿਸੇ ਬੰਦੇ ਤੋਂ ਗਲਤੀ ਹੁੰਦੀ ਆ ਜੀਵਨ ਦੇ ਵਿੱਚ, ਮੇਰੇ ਕੋਈ ਕਿਤੇ ਹੋਈ ਹੋਏਗੀ, ਉਹਨਾਂ ਕੋਲ ਵੀ ਹੋਈ ਹੈ। ਜੇ 45 ਸਾਲ ਉਹਨਾਂ ਦਿੱਤੇ ਆ, ਕੋਈ ਨਾ ਕੋਈ ਜਿਸ ਤਰ੍ਹਾਂ ਸਰਕਾਰ ਦਾ ਤਰੀਕਾ ਤੁਸੀਂ ਦਬਾਅ ਕਿਸ ਜ਼ਬਰਦਸਤ ਤਰੀਕੇ ਨਾਲ ਹੈ ਕਿ ਗਲੀ ਗਲੀ ਦੇ ਵਿੱਚ ਹਰ ਇੱਕ ਬੰਦੇ ਨੂੰ ਚੱਕਿਆ ਜਾ ਰਿਹਾ, ਉਹਨੂੰ ਬਿਠਾਇਆ ਜਾ ਰਿਹਾ, ਫਿਰ ਉਹਨੂੰ ਕਹਿ ਰਿਹਾ ਕਿਸੇ ਪਾਰਟੀ ਦਾ ਤੁਸੀਂ ਪ੍ਰਚਾਰ ਨਹੀਂ ਕਰਦਾ, ਫਿਰ ਕਦੀ ਸੀਏ ਸਟਾਫ ਲਿਜਾਇਆ ਜਾ ਰਿਹਾ, ਉਹਨੂੰ ਕਦੀ ਕਿਤੇ ਲਿਜਾਇਆ ਜਾ ਰਿਹਾ। ਇਹ ਚੀਜ਼ਾਂ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ, ਤੁਸੀਂ ਸਾਰਾ ਦਿਨ ਇਸੇ ਆਪਣੇ ਵੈਸ ਹਲਕੇ ਵਿੱਚ ਘੁੰਮ ਰਹੇ ਹੋ, ਤੁਹਾਨੂੰ ਸਾਰੀਆਂ ਗੱਲਾਂ ਪਤਾ। ਕੁਛ ਨਾ ਕੁਛ ਜਿਹੜੀ ਚੀਜ਼ ਹੋਈ ਸੀ ਉਹਨੂੰ ਠੀਕ ਕਰਕੇ ਅਸੀਂ ਦੁਬਾਰਾ ਕੀਤਾ। ਇੱਕ ਮੁੱਖ ਮੰਤਰੀ ਦੇ ਘਰੋਂ ਤੁਸੀਂ 3 ਘੰਟਿਆਂ ਦੇ ਵਿੱਚ ਬੰਦਾ ਲਿਆਓ, ਇਹ ਕੋਈ ਛੋਟੀ ਗੱਲ ਨਹੀਂ ਸੀ, ਬਹੁਤ ਵੱਡੀ ਗੱਲ ਹੈ। ਉਹਦੇ ਵਿੱਚ ਧੰਨਵਾਦ ਹੈ ਸਰਦਾਰ ਪ੍ਰੇਮ ਸਿੰਘ ਚੰਨੂ ਮਾਜਰਾ ਸਾਹਿਬ ਦਾ, ਬੀਬੀ ਜਗੀਰ ਕੌਰ ਜੀ ਦਾ, ਉਹ ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ ਕਿ ਜਿਨ੍ਹਾਂ ਨੇ ਸਾਰਾ ਮਾਮਲੇ ਨੂੰ ਸੌਫਟ ਹੱਲ ਕਰ ਦਿੱਤਾ। ਕਿ ਹੁਣ ਅਕਾਲੀ ਦਲ ਦੀ ਤਕਰਾਰ ਲੰਬੀ ਚੱਲੇਗੀ, ਉਹਦੇ ਬਾਰੇ ਤੇ ਹੀ ਦੱਸ ਸਕਦੇ, ਮੈਂ ਤੇ ਨਾਲ ਨਾ ਅਜੇ ਅਜੇ ਛੋਟੇ ਜੇ ਸਾਫ ਜੀ ਗੱਲ ਹੈ।